الحمد لله والحمد والمجد والثناء الأكبر والأطهر والأجدر والأنور والأزهر والأبدر بالحق وعده بعد قیامت تک
ਇਨਸਾਨਾਂ ਦੀ ਔਰ ਸ਼ੈਤਾਨ ਇਬਲੀਸ ਦੇ ਦਰਮਿਆਨ ਲੜਾਈ ਦਾ ਝਗੜਾ ਚੱਲ ਰਿਹਾ ਹੈ, ਕੁਸ਼ਤੀ ਚੱਲ ਰਹੀ ਹੈ। ਸੱਚੀ ਬਾਤ ਤਾਂ ਇਹ ਹੈ ਕਿ ਅਗਰ ਕਲਮਾ ਪੜ੍ਹਨ ਵਾਲਾ ਮੁਸਲਮਾਨ ਬੰਦਾ ਉਸ ਲੜਾਈ ਦੇ ਵਿੱਚ ਸ਼ੈਤਾਨ ਨੂੰ ਸ਼ਿਕਸਤ ਦੇ ਲਵੇ, ਯਾਨੀ ਸ਼ੈਤਾਨ ਤੇ ਗਾਲਿਬ ਆ ਜਾਵੇ, ਤਾਂ ਫਿਰ ਉਸਦਾ ਅਗਲਾ ਟਿਕਾਣਾ ਅੱਲਾ ਕਰੀ ਬੰਦੇ ਜੰਨਤੁਲ ਫਿਰਦੌਸ ਨੂੰ ਬਣਾਉਣਾ। ਤੇ ਜੇ ਸ਼ੈਤਾਨ ਬੰਦੇ ਦੇ ਗਾਲਿਬ ਆ ਜਾਵੇ, ਉਸਦਾ ਤਸੱਲਤ ਔਰ ਗਲਬਾ ਇਨਸਾਨ ਤੇ ਹਾਵੀ ਹੋ ਜਾਵੇ, ਤਾਂ ਫਿਰ ਉਹ ਸ਼ੈਤਾਨੀ ਅਮਲ ਹੀ ਕਰਦਾ ਹੈ, ਕਰੇ ਸ਼ਰੀਅਤ ਦੇ ਮੁਤਾਬਿਕ ਜ਼ਿੰਦਗੀ ਨਹੀਂ ਗੁਜ਼ਾਰ ਸਕਦਾ। ਪਿਛਲੀਆਂ ਸਾਰੀਆਂ ਉਮਤਾਂ ਦੇ ਵਿੱਚ ਜਿਤਨਾ ਇੱਕ ਸ਼ੈਤਾਨੀ ਤਸੱਲਤ ਔਰ ਸ਼ੈਤਾਨੀ ਗਲਬਾ ਆਈ, ਉਹ ਇਸ ਉਮਤ ਦੀ ਨਿਸਬਤ ਕੁਝ ਜ਼ਿਆਦਾ ਆਦਾ ਆਪਣੀ ਇਬਾਦਤ ਕਰਦਾ ਰਿਹਾ, ਆਪਣੀ ਪੂਜਾ ਕਰਦਾ ਰਹਿੰਦਾ ਰਹਿ ਗਿਆ। ਲੇਕਿਨ ਇਸ ਉਮਤ ਦਾ ਅੱਲਾ ਕਰੀਮ ਨੇ ਜਿਤਨਾ ਵੀ ਕਮਜ਼ੋਰ ਪਹਿਲਵਾਨ ਹੋਵੇ, ਬਿਮਾਰ ਕਿਉਂ ਨਾ ਹੋਵੇ, ਅਗਰ ਉਸਦੇ ਦੁਸ਼ਮਣ ਨੂੰ ਬਲ ਦਿੱਤਾ ਜਾਵੇ ਤੇ ਉਹਦੀ ਜੀਤ ਦੇ ਬੜੇ ਸੁਨਹਿਰੀ ਮੌਕੇ ਹੋਣਗੇ। ਅੱਲਾਹ ਨੇ ਇਸ ਉਮਤ ਦੇ ਦੁਸ਼ਮਣ ਅਗਲੀ ਦੁਸ਼ਮਣ ਸ਼ੈਤਾਨ ਨੂੰ ਜੰਜੀਰਾਂ ਨਾਲ ਜਕੜ ਕੇ ਤੇ ਫਿਰ ਇਹਦੇ ਉਸਦੇ ਨਿਸਾਬ ਹਿਦਾਇਤ ਯਾਨੀ ਕੁਰਾਨ ਮੁਕੱਦਸ ਨੂੰ ਅਤਾ ਹੋਇਆ, ਫਿਰ ਉਸ ਤੋਂ ਵੀ ਵੱਧ ਕੇ ਜਿਸ ਮਕਾਮ ਤੇ ਕੁਰਾਨ ਉਤਰਿਆ ਯਾਨੀ ਸਦਰ ਮਕਾਮ ਮੁਹੰਮਦ ਰਸੂਲullah ਸੱਲੱਲਾਹੁ ਤਾਲਾ ਅਲੈਹਿ ਵਸੱਲਮ ਦੇ ਸੀਨੇ ਮੁਬਾਰਕ ਤੇ, ਉਸ ਨੂੰ ਵੀ ਸ਼ੈਤਾਨੀ ਤਸੱਲਤ ਸ਼ੈਤਾਨੀ ਕਬਜ਼ੇ ਕੋਲੋਂ ਅੱਲਾਹ ਕਰੀਮ ਨੇ 55 ਲੱਖ ਕੋਲੋਂ ਹੀ ਮਹਫੂਜ਼ ਕੀਤਾ ਹੋਇਆ। ਇਸ ਰਸਤੇ ਦੇ ਸਲੇ ਕੁਰਾਨ ਦੇ ਮੁਕੱਦਸ ਉਤਰਿਆ ਸੋਹਣੇ ਰਸੂਲ ਦੇ ਸੀਨੇ ਤੇ, ਫਿਰ ਇਸ ਸੀਨੇ ਦੀ ਤਰਜਮਾਨ ਜ਼ਬਾਨ ਪਾਏ ਜਦੋਂ ਪੜ੍ਹ ਕੇ ਸੁਣਾਇਆ ਤੇ ਸੁਣਨ ਵਾਲਿਆਂ ਨੂੰ ਇਹ ਕਦੇ ਗਲਤ ਫਹਮੀ ਨਹੀਂ ਹੋਈ, ਜੋ ਪਤਾ ਨਹੀਂ ਹੈ ਕਿਹਨੂੰ ਪੜ੍ਹਦਾ ਥਲਾ ਤੇ ਕਿਵੇਂ ਪੜ੍ਹਨਾ ਥਲਾ, ਜਾਂ ਸੋਹਣੇ ਦੀ ਆਵਾਜ਼ ਜਾਰੀ ਹੋਈ ਹੈ ਸ਼ਰੀਅਤ ਦੀ ਤਲਬ ਵਾਸਤੇ ਹਿਦਾਇਤ ਤੇ ਈਮਾਨ ਵਾਸਤੇ ਦਾਵਤ ਦਿੱਤੀ ਹੈ। ਸਭ ਤੋਂ ਪਹਿਲੇ ਜਿਸ ਨੇ ਮੰਨ ਲਿਆ ਅੱਲਾ ਕਰੀਮ ਨੇ ਉਸਨੂੰ ਆਖਿਆ ਇਹ ਸਿੱਧੀ ਕੋਈ ਨਹੀਂ, ਇਹ ਸਿੱਧੀ ਕੀ ਅਕਬਰ ਸ਼ੂਰੀਏ ਕਿਸਮਤ ਇਨਸਾਨ ਹੋਏ ਕਿ ਇਤਨਾ ਬੜਾ ਬੜਾ ਗ੍ਰਾਮ ਅੱਲਾ ਨੇ ਤਸ਼ਕੀਸ ਦਿੱਤਾ ਔਰ ਬੜਾ ਮਹਫੂਜ਼ ਜਿਹਾ ਪ੍ਰੋਗਰਾਮ ਮਿਲਾ, ਫਿਰ ਵੀ ਇਨਸਾਨ ਹਿਦਾਇਤ ਵਾਸਤੇ ਭਟਕਦਾ ਰਹਿ ਜਾਵੇ ਤੇ ਅੱਗੇ ਮੈਨੂੰ ਤਲਬ ਵੀ ਹੈ ਤੇ ਕੋਸ਼ਿਸ਼ ਵੀ ਕਰਨਾ ਤੇ ਮੈਂ ਮੁਤਲਾਸ਼ੀ ਵੀ ਹਾਂ, ਲੇਕਿਨ ਫਿਰ ਵੀ ਮੈਨੂੰ ਈਮਾਨ ਨਹੀਂ ਨਸੀਬ ਹੁੰਦਾ ਪਿਆ। ਉਸ ਨੂੰ ਅਸਾਂ ਬਦ ਕਿਸਮਤ ਹੀ ਆਖ ਸਕਦੇ ਹਾਂ, ਮਗਰ ਜਿਸ ਰਾਤ ਤੇ ਕੁਰਾਨ ਉਤਰਿਆ ਉਹ ਵੀ ਕੋਈ ਬਦ ਕਿਸਮਤ ਰਾਤ ਨਹੀਂ ਹੋਈ, ਬੜੇ ਮੁਕੱਦਰ ਤੇ ਕਦਰਾਂ ਵਾਲੀ ਰਾਤ ਹੈ। ਗਲਤੀ ਸਮਝ ਆਉਂਦੀ ਹੈ, ਗਲਤੀ ਬੋਲੋ ਬੋਲੋ ਸਾਨੂੰ ਇੱਕ ਆਦਤ ਹੈ ਪਤਾ ਨਹੀਂ ਚੰਗੀ ਹੈ ਜਾਂ ਮਾੜੀ ਹੈ,
ਕਿ ਜਿਹੜੇ ਗੱਲ ਦੀ ਸਮਝ ਆਵੇ ਤੇ ਬੰਦੇ ਨੂੰ ਅਰਬੀ ਇੱਕ ਸੁਭਾਨ ਅੱਲਾਹ ਕਹਿਣਾ ਚਾਹੀਦਾ। ਆਖੋ ਨਾ ਇਹ ਬਾਰੇ ਸੁਭਾਨ ਅੱਲਾਹ। ਮੈਂ ਤੁਹਾਡੇ ਵਾਸਤੇ ਅੱਜ ਨਵੀਂ ਕਰਾਂ, ਲੇਕਿਨ ਪਰ ਆ ਰਹੀ ਇੱਥੇ ਗੱਲ ਇਹ ਕਿ ਜੋ ਮੁਸਲਮਾਨ ਮਾਨ ਤੇ ਮੈਂ ਕੁਰਾਨ ਪੜ੍ਹਨ ਪੜ੍ਹ ਮੈਂ ਜਿੱਥੇ ਵੀ ਬਿਆਨ ਕਰ ਰਹੀ ਤਾਂ ਪਤਾ ਨਹੀਂ ਲੋਕ ਮੈਨੂੰ ਟੈਸਟ ਕਰਨ ਵਾਸਤੇ ਸਦੇ ਸਦੇ ਕਿਉਂ ਮੇਰੇ ਦਿਲ ਦੀ ਇਹ ਤਮੰਨਤਾ ਹੁੰਦੀ ਹੈ ਕਿ ਕਮ ਅਜ਼ ਕਮ ਮੁਹਿਦੀ ਦਾ ਨਾਲ ਖੁਦ ਤੇ ਗੁਫ਼ਤਗੂ ਕਰਨੀ ਚਾਹੀਦੀ ਹੈ। ਮੂਮਿਨ ਤੇ ਮੂਮਿਨ ਦੇ ਦਰਮਿਆਨ ਕੋਈ ਪਰਦਾ ਨਹੀਂ ਹੋਣਾ ਚਾਹੀਦਾ, ਦਿਲ ਦੀ ਗੱਲ ਕਰਨੀ ਚਾਹੀਦੀ ਹੈ। ਕੋਈ ਮੰਨ ਲਵੇ ਤਾਂ ਠੀਕ ਕਿ ਜੇ ਨਾ ਮੰਨੇ ਤਾਂ ਰਸੂਲਾਂ ਦੀ ਗੱਲਾਂ ਦੀ ਵੀ ਤਕਰੀਰ ਹੋਣੀ ਰਹਿੰਦੀ ਹੈ। ਇਹ ਜਿਹੜਾ ਮੂਮਿਨ ਦਾ ਮੁਕੱਦਰ ਬਣਿਆ ਹੈ ਸਾਰਾ ਪ੍ਰੋਗਰਾਮ, ਰਮਜ਼ਾਨ ਹੈ, ਬਿਆਨ ਹੈ, ਕੁਰਾਨ ਹੈ, ਜਵਾਨ ਹੈ, ਫਿਰ ਮੈਦਾਨ ਹੈ ਸਾਹਬਾ ਕਰਾਮ ਦਾ। ਅੱਲਾ ਨੇ ਸ਼ੈਤਾਨ ਕੋਲੋਂ ਇਸ ਨੂੰ ਮਹਫੂਜ਼ ਹੀ ਰੱਖਿਆ ਹੈ ਔਰ ਇਸ ਦਾ ਰੁਤਬਾ ਇਤਨਾ ਇਤਨਾ ਬੁਲੰਦ ਬਣਾਇਆ ਹੈ ਕਿ ਜਿਬਰੀਲ ਅਲੈਹਿਸ ਸਲਾਮ ਆ ਕੇ ਤਰਬੀਅਤ ਨਬੀਆਂ ਦੀ ਕਰਿੰਦਾ ਹੀ ਹੁਣ ਆ ਕੇ ਮੁਹੰਮਦ ਦੇ ਗੁਲਾਮਾ ਯਾਨੀ ਹਜ਼ਰਤ ਹਸਨ ਦੀ ਤਰਬੀਅਤ ਵੀ ਕਰਿੰਦਾ ਹੈ, ਨਾਲ ਕਮਰ ਤੇ ਥੱਪੀ ਵੀ ਦਿੰਦਾ ਹੈ। ਆਧਾ ਪੜ੍ਹਨਾ ਤੁਹਾਡਾ ਕੰਮ ਹੈ ਤੇ ਸਿਖਾਉਣਾ ਸਾਡਾ ਕੰਮ ਹੈ। ਬੜਾ ਬਿਹਤਰੀਨ ਨਮੂਨਾ ਹੈ। ਸੁਣੀ ਦੀ ਸੁਣੋ ਕਿ ਪੈਗੰਬਰ ਤੇ ਕਿਵੇਂ ਅੱਲਾ ਨੇ ਕੁਰਾਨ ਉਤਾਰਿਆ ਔਰ ਫਿਰ ਉਸ ਕੁਰਾਨ ਨੂੰ ਕਿਵੇਂ ਮਹਿਫੂਜ਼ ਕੀਤਾ ਹੈ, ਕਿਉਂਕਿ ਦੁਸ਼ਮਣ ਫਕੜਾਸ ਭਰੇ ਤੇ ਲੋਕਨ ਕਿ ਜਿਹੜਾ ਇਹ ਡਰਾ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਹੈ ਇਹ ਨੌਜ਼ ਬਿੱਲਾ ਸ਼ੈਤਾਨ ਕੋਲੋਂ ਸਿੱਖ ਕੇ ਆਉਂਦਾ ਹੈ ਤੇ ਫਿਰ ਸਾਨੂੰ ਪੜ੍ਹ ਪੜ੍ਹ ਕੇ ਸੁਣਾਉਂਦਾ ਹੈ ਫਲਾਣੇ ਅਜਮੀ ਕੋਲੋਂ ਸਿੱਖ ਕੇ ਆਉਂਦਾ ਹੈ ਨਾਲ ਇਲਜ਼ਾਮ ਲੈਂਦੇ ਕਿ ਇਸ ਤਰ੍ਹਾਂ ਜਿਬਰੀਲ ਅਲੈਹਿ ਸਲਾਮ ਨੂੰ ਵੇਖਿਓ ਇਹ ਕੋਈ ਨਹੀਂ ਅਨੁਕੀਆ ਪਕੀਆ ਕੋਈ ਸ਼ੈਤਾਨ ਹੈ ਜਾਂ ਕੌਣ ਹੈ, ਕੌਣ ਆ ਕੇ ਇਸ ਨੂੰ ਵਹੀ ਕਰ ਰਿਹਾ ਹੈ। ਅੱਲਾ ਕਰੀਮ ਫਰਮਾਤਾ ਮੇਰੇ ਸੋਹਣੇ ਪੈਗੰਬਰ ਆ ਜਿਸ ਰਾਤ ਮੈਂ ਕੁਰਾਨ ਉਤਾਰਿਆ ਉਹ ਰਾਤ ਹੀ ਸ਼ੈਤਾਨ ਕੋਲੋਂ ਮਹਿਫੂਜ਼ ਹੈ। ਜਿਹੜਾ ਰਾਤ ਮੈਂ ਮੁਤਾਇਨ ਕੀਤਾ ਕੁਰਾਨ ਨੂੰ ਉਤਾਰਨ ਵਾਸਤੇ ਜਿਹੜੇ ਅਸਮਾਨੀ ਦਰਵਾਜ਼ੇ ਮੈਂ ਖੋਲੇ ਅੱਗੇ ਮੈਂ ਕਦੇ ਨਹੀਂ ਖੋਲੇ ਹੋਏ, ਫਿਰ ਮੈਂ ਉਹਦੇ ਪੁਰਜਿਆਂ ਤੇ ਪਹਿਰੇ ਲਾ ਦਿੱਤੇ ਤੇ ਪਹਿਰੇ ਲਾਉਣ ਤੋਂ ਬਾਅਦ ਹਜ਼ਾਰਾਂ ਤੇ ਲੱਖਾਂ ਕਰੋੜਾਂ ਫਰਿਸ਼ਤਿਆਂ ਦੀ ਨਿਗਰਾਨੀ ਵਿੱਚ ਲੈ ਆਇਆ ਉਸ ਮਕਾਮ ਤੋਂ ਲੈ ਕੇ ਆਇਆ ਜਿੱਥੇ ਅੱਜ ਤੱਕ ਕਿਸੇ ਬਣੀ ਬਸ਼ਰ ਦੀ ਨਹੀਂ ਕਿਸੇ ਮਖਲੂਕ ਦੇ ਕਿਸੇ ਵੀ ਫਰਦ ਦੀ ਨਜ਼ਰ ਨਹੀਂ ਪਹੁੰਚੀ। ਲੋਹੇ ਮਹਫੂਜ਼ ਤੇ ਮਕਨੂਨ ਜਿਹੇ ਮਕਾਮ ਕੋਲ ਲੈ ਕੇ ਆਇਆ ਔਰ ਫਿਰ ਮਕਨੂਨ ਜਿਹਾ ਮਕਾਮ ਹੈ ਮੁਹੰਮਦੁਰ ਰਸੂਲ ਉਸਦਾ ਸੀਨਾ ਮੁਬਾਰਕ। ਪਰ ਹਾਲ ਇਹ ਗੱਲ ਤੇ ਸਾਬਤ ਹੋਈ ਨਾ ਕਿ ਲੋਹੇ ਮਹਫੂਜ਼ ਨਾਲੋਂ ਜ਼ਿਆਦਾ ਮਹਫੂਜ਼ ਵੀ ਇਹ ਮਕਨੂਨ ਵੀ ਇਹ ਮਾਸੂਮ ਵੀ ਮਕਾਮ ਹੈ ਮੁਹੰਮਦੁਰ ਰਸੂਲ ਉਸਦਾ। ਜਦੋਂ ਇਹ ਖੇਤੀ ਤਿਆਰ ਹੋ ਗਈ ਹੈ ਕੁਰਾਨ ਦੀ ਰੋਣੀ ਵਾਸਤੇ ਤੇ ਕੁਰਾਨ ਦੀ ਆਬਸ਼ਾਰ ਵਾਸਤੇ ਫਿਰ ਮੈਂ ਇੱਕ ਲਾਦਾ ਵੀ ਕੁਰਾਨ ਉੱਥੇ ਨਹੀਂ ਰੱਖਿਆ, ਮੈਂ ਨਾ ਦੇ ਡਿੱਠਾ ਨਾ ਰਾ ਡਿੱਠਾ ਫੌਰਨ ਕੁਰਾਨ ਉਹਾਰ ਕੇ ਮੁਹੰਮਦ ਦੇ ਸੀਨੇ ਦਾ ਮੁਕੱਦਰ ਬਣਾ ਬਣਾ ਬੜੀਏ ਬੜੀਏ ਤੇ ਇਹ ਤੇ ਨਿਸ਼ਾਨੀ ਆ ਨਹੀਂ ਲੈ ਜਾਂਦੇ ਮੁਕੱਦਰ ਦੀ ਨਿਸ਼ਾਨੀ ਹੈ ਲੈ ਲਿਆਣ ਦੇਣ ਦੇ ਬਾਰਿਸ਼ ਦਾ ਹੋਣਾ ਕਿ ਹੋ ਜੇ ਹੋਈ ਹੋ ਸਕਦਾ ਹੀ ਆ ਰਾਤ ਹੋਵੇ ਇਸ ਵਸਦੇ ਸੀਨਾ ਹੀ ਖੋਲ ਕੇ ਬੋ ਤੇ ਕੰਨ ਵੀ ਖੋਲ ਕੇ ਬੋ ਤੇ ਨਾਲ ਇਹ ਕੰਨ ਵੀ ਖੋਲ ਕੇ ਬੋ ਇਨਸ਼ਾ ਅੱਲਾਹ ਉਲ ਅਦੀਰ ਤੁਹਾਡੀ ਨੀਅਤ ਜੀ ਕੋਈ ਤੇ ਮੇਰੀ ਨੀਅਤ ਜੀ ਕੋਈ ਕਈ ਕੁਰਾਨ ਨੂੰ ਗਵਾਹ ਹੈ ਕਿ ਅੱਲਾ ਕਰੀ ਤੇਰੀ ਜੀਵਣ ਤੋਂ ਪਹਿਲੇ ਤੇ ਸਾਰੇ ਗੁਨਾਹ ਨੂੰ ਮਿਟਾ ਦੇਗਾ ਇਨਸ਼ਾ ਅੱਲਾਹ। ਇਹ ਤੇ ਯਕੀਨੀ ਬਾਤ ਹੈ ਜਿਹੜਾ ਕੁਰਾਨ ਦੀ ਮਹਿਫਿਲ ਜਾਂਦਾ ਇਹ ਕੋਈ ਤੌਰਾਤ ਇੰਜੀਲ ਦੀ ਮਹਿਫਿਲ ਨਹੀਂ ਕਿ ਬਾਬੇ ਦੇ ਲਿਖੀ ਹੋਈ ਕਿਤਾਬ ਦੀ ਮਹਿਫਿਲ ਨਹੀਂ ਇਹ ਕੋਈ ਹੋਰ ਤਾਰੀਖ ਤੇ ਹਿਸਟਰੀ ਦੀ ਕਿਤਾਬ ਨਹੀਂ ਇਹ ਕੋਈ ਸਾਇੰਸ ਤੇ ਕਾਰਿਸਟਰੀ ਦੀ ਕਿਤਾਬ ਨਹੀਂ ਇਹ ਉਹ ਕਿਤਾਬ ਹੈ ਜਿਸ ਨੂੰ ਸੁਣਨ ਵਾਸਤੇ ਮੂਸਾ ਅਲੈਹਿ ਸਲਾਮ ਦਾ ਵੀ ਦਿਲ ਕਰਦਾ ਹੈ ਤੇ ਕਲਾ ਕੁਦਰਤ ਦਾ ਫੈਸਲਾ ਹੁੰਦਾ ਹੈ ਕਿ ਜੇ ਮੂਸਾ ਤੋਂ ਕਿਤਾਬ ਸੁਣਨੀ ਹੈ ਤੇ ਫਿਰ ਤੈਨੂੰ ਉਲਟੀ ਹੋਣਾ ਪਏਗਾ ਹਜ਼ਰਤ ਮੂਸਾ ਅਲੈਹਿ ਸਲਾਮ ਸਾਹਮਣੇ ਨਾ ਲਾ ਉਲਟੀ ਹੋਣਾ ਤੇ ਕਵਾਰ ਹੈ ਮਗਰ ਜਿਹੜੀਆਂ ਮਿਸਾਲਾਂ ਤੇ ਤਜ਼ਕਰੇ ਕੁਰਾਨ ਦੇ ਦਿੱਤੇ ਨੇ ਮੇਰਾ ਵੀ ਦਿਲ ਕਰਦਾ ਹੈ ਕਿ ਹੋਠ ਮੁਹੰਮਦ ਦੇ ਹੋਵੇ ਤੇ ਕਰ ਮੂਸਾ ਅਲੈਹਿ ਸਲਾਮ ਦਾ। إنا أنزلناه في ليلة القدر اے میرے سونے پیغمبر محمد رسول اللہ صلی اللہ تعالی علیہ وسلم اے جڑا قرآن میں تواڈے والے بھیجیا تے قرآن دا نزول کیتا اے میں کیویں کیتا
مقام یو تجوید کیتا ہے تے نال دا مقام ہی پوری کل کائنات وچ کوئی نہیں تے جڑی تنگ ہو گئی ہے تا جڑے ویلے مقدرہ والے بندے نو رات ملدی
ਉੱਠ ਠੀਂਦੀ ਏ ਤੇ ਮਲੂ ਮੋਢਾ ਸਮਾਨ ਤੱਕ ਕਹੇ ਨੂਰੀ ਚਾਦਰ ਵਿਛਾ ਦਿੱਤੀ ਏ ਉਹ ਕੋਈ ਚਾਦਰ ਨਹੀਂ ਹੁੰਦੀ ਉਹ ਰਹਿਮਤ ਦੇ ਫਰਿਸ਼ਤੇ ਹੁੰਦੇ ਨੇ ਅੱਲਾ ਕਰੀਮ ਫਰਮਾਉਂਦਾ ਸੋਹਣਿਆਂ ਦੇ ਸਰਦਾਰਾ ਲੋਕ ਤੇ ਲੱਭ ਲੱਭ ਰਹਿਮਤ ਲੈਣ ਵਾਸਤੇ ਤਰਸਦੇ ਖਲੋਤੇ ਨੀ ਕੋਈ ਰੋਂਦਾ ਖਲੋਤਾ ਹੈ ਕੋਈ ਇੰਤਜ਼ਾਰ ਖਲਾ ਕਰਿੰਦਾ ਹੈ ਕੋਈ ਛੁਪਿਆ ਖਲਾ ਹੈ ਕੋਈ ਸਜਦੇ ਚ ਗਿਆ ਖਲਾ ਹੈ ਕੋਈ ਕਿਵੇਂ ਕਰਿੰਦਾ ਖਲਾ ਹੈ ਮਗਰ ਜਿਹੜੀ ਤੁਹਾਡੀ ਉਮਤ ਦੀ ਕਿਸਮਤ ਕੋਈ ਆਮ ਨਹੀਂ ਮੈਂ ਰਾਤ ਉਹ ਤਜਵੀਦ ਕੀਤੀ ਏ ਜੋ ਸਜਦੇ ਜਿੰਨਾ ਵੀ ਖਲੋਤੋ ਹੋਏ ਜੀਦਿਆਂ ਜਾਗਦਾ ਖਲੋਤੋ ਹੋਏ ਤੇ ਅੱਲਾ ਅੱਲਾ ਕਰਿੰਦਾ ਖਲੋਤੋ ਹੋਏ ਤੇ ਪਾ ਲਵੇ ਔਰਾਤ ਉਸ ਰਾਤ ਦੀ ਬਰਕਤ ਨਾਲ 83 ਸਾਲਾਂ ਦੀ ਇਬਾਦਤ ਦਾ ਸਵਾਬ ਨਕਦੀ ਦੇ ਦੇਣਾ ਫੌਰਨ ਅਤਾ ਕਰ ਦੇਣਾ ਵੱਡੀ ਕਿਸਮਤ ਦਾ ਮਾਹੌਲ ਇੱਕ ਨੇਕੀ ਕਰੇਂਦਾ 700 ਮਹੀਨੇ ਜੀਂਦੀ ਏ ਇੱਕ ਨਮਾਜ਼ ਪਿਆ ਪੜ੍ਹਦਾ ਜਾਮਿਆ ਮਸਜਿਦ ਦੇ ਅੰਦਰ ਤੇ 35,000 ਨਮਾਜ਼ਾਂ ਪਈਆਂ ਲਿਖੀ ਦੀਆਂ ਅੱਲਾ ਦੀ ਕੁਦਰਤ ਦਾ ਕਿਹੜਾ ਅਨਮੋਲ ਖਜ਼ਾਨਾ ਹੈ ਅਮਲ ਇੱਕ ਕਰਿੰਦਾ ਹੈ ਰੋਜ਼ੇ ਤਰੀ ਰੱਖਦਾ ਹੈ ਲੇਕਿਨ ਪੂਰੇ ਸਾਲ ਨੇ ਰੱਖਣਾ ਦਾ ਅੱਲਾ ਸਵਾਬ ਦੇ ਦਿੰਦਾ ਹੈ ਇਹ ਰਹਿਮਤ ਦੀ ਗੁੱਸਾ ਦੀ ਗੱਲ ਹੈ ਰਹਿਮਤ ਦੀ ਤੰਗੀ ਦੀ ਗੱਲ ਕੋਈ ਨਹੀਂ ਮੇਰਾ ਭਾਈ ਮੇਰਾ ਦੋਸਤ ਜਿਹੜੀ ਰਾਤ ਕੁਰਾਨ ਆਇਆ ਵੱਡੇ ਮੁਕਦਰਾਂ ਵਾਲੀ ਰਾਤ ਹੈ ਤੇ ਵੱਡੀ ਰਹਿਮਤ ਵਾਲੀ ਰਾਤ ਹੈ ਤੇ ਜੇ ਮੋਮਿਨਾ ਤੂੰ ਇਸ ਰਾਤ ਕੁਰਾਨ ਨੂੰ ਮੰਨ ਲਵੇ ਕੁਰਾਨ ਦੇ ਬਿਆਨ ਨੂੰ ਮੰਨ ਲਵੇ ਕੁਰਾਨ ਦੇ ਐਲਾਨ ਨੂੰ ਮੰਨ ਲਵੇ ਮੁਹੰਮਦ ਦੀ ਤਰਜਮਾਨ ਜ਼ਬਾਨ ਕੁਰਾਨ ਵਾਲੀ ਨੂੰ ਮੰਨ ਲਵੇ ਤੇ ਅੱਲਾ ਕਰੀਮ ਤੇਰੀ ਝੋਲੀ ਵੀ ਖਾਲੀ ਕੋਈ ਨਹੀਂ ਰਾਣ ਦੇਣੀ ਇੰਜ ਤੇਰੇ ਭਾਂਡੇ ਭਰਨੇ ਜੋ ਤੇਰੇ ਭਾਂਡੇ ਮੁੱਕ ਵੰਜਣ ਮਗਰ ਰਹਿਮਤ ਕਦੇ ਮੁੱਕਣ ਚ ਕੋਈ ਨਹੀਂ ਆਉਣੀ ਮਗਰ ਉਹ ਸੋਹਣਿਆਂ ਦੇ ਸਰਦਾਰ ਰਹਿਮਤ ਨੂੰ ਪੂਰਾ ਜੱਗ ਨਹੀਂ ਪਚਾ ਸਕਦਾ ਤੇ ਪੂਰਾ ਜਹਾਨ ਨਹੀਂ ਪਚਾ ਸਕਦਾ ਬਾਵਜੂਦ ਜ਼ਮੀਨ ਦੀ ਹੁਸਨ ਦੇ ਜ਼ਮੀਨ ਤੰਗ ਹੋਈਂਦੀ ਏ ਜਿਹੜੇ ਵੇਲੇ ਮੈਂ ਇਸ ਕੁਰਾਨ ਨੂੰ ਉਤਾਰਨ ਲੱਗਾ ਤੁਹਾਡੇ ਸੀਨੇ ਮੁਬਾਰਕ ਤੇ ਮੈਂ ਕੀ ਕੀਤਾ ਓ ਸੋਹਣਿਆਂ ਦੇ ਸਰਦਾਰ ਆਲਮ ਨਸ਼ਰਾ ਅਲਾਕਾ ਸਜ਼ਰਗ ਜਿੱਥੇ ਜ਼ਮੀਨ ਮੇਰੀ ਰਹਿਮਤ ਨਾ ਪਚਾ ਸਕਦੀ ਹੋਵੇ ਤੇ ਪਹਾੜਾਂ ਦੀ ਮਜ਼ਬੂਤੀ ਵੀ ਨਾ ਪਚਾ ਸਕਦੀ ਹੋਵੇ ਜੁੜੇ ਦਰੇ ਦਾ ਹੋ ਵੰਜਣ ਪੂਰੀ ਕਾਇਨਾਤ ਦੀ ਮਖਲੂਕ ਜਵਾਬ ਦੇ ਵੰਜੇ ਤੇ ਕੋਈ ਸੀਨਾ ਵੀ ਅਜਿਹਾ ਨਾ ਹੋਵੇ ਜਿੱਥੇ ਕੁਰਾਨ ਉਤਰ ਸਕਦਾ ਹੋਵੇ ਉਸ ਵੇਲੇ ਵੱਲ ਮੈਂ ਤੁਹਾਡੇ ਸੀਨੇ ਨੂੰ ਖੁੱਲਾ ਕੀਤਾ ਜਿਹੜੀ ਸ਼ਹਿ ਨੂੰ ਜੱਗ ਨਹੀਂ ਜਾ ਸਕਦਾ ਉਹਨੂੰ ਮੱਕੇ ਦੇ ਯਤੀਮ ਮੁਹੰਮਦ ਨੇ ਚਾ ਲੈ ਸੁਭਾਨ ਅੱਲਾਹ ਵਾਕਈ ਸੁਭਾਨ ਅੱਲਾਹ ਸੋਹਣਿਆ ਮੈਂ ਤੁਹਾਨੂੰ ਦਿੱਤਾ ਕੁਰਾਨ ਕੁਰਾਨ ਕਿਵੇਂ ਦਿੰਦਾ ਹੈ ਸੁਣੋ ਤੇ ਸਹੀ ਆਦਮ ਅਲੈ ਸਲਾਮ ਦਾ ਤਜ਼ਕਰਾ ਆਦਮ ਅਲੈ ਸਲਾਮ ਨੂੰ ਅੱਲਾ ਕਰੀਮ ਨੇ ਜੰਨਤ ਦੇ ਵਿੱਚੋਂ ਬਾਹਰ ਕਰ ਦਿੱਤਾ ਹੈ ਆਪਣੀ ਬਸ਼ੀਅਤ ਦੇ ਮੁਤਾਬਿਕ ਆਪਣੀ ਕਦਾ ਕੁਦਰਤ ਦੇ ਫੈਸਲੇ ਦੇ ਮੁਤਾਬਿਕ ਹੁਣ ਆਦਮ ਅਲੈ ਸਲਾਮ ਰੱਬ ਨੂੰ ਮੰਨਦਾ ਖਲੋਤਾ ਹੈ ਮਗਰ ਗੱਲ ਉਪਰੀ ਤੇ ਅਜਨਬੀ ਏ ਜੋ ਅੱਗੇ ਤਾਈ ਤਾਈ ਕਹਿ ਕੋਲੋਂ ਗਲਤੀ ਵੀ ਕਾਈ ਨਹੀਂ ਹੋਈ ਚਲੋ ਫਲਾਣੇ ਕੋਲੋਂ ਗਲਤੀ ਹੋਈ ਆਈ ਤੇ ਉਸ ਰੱਬ ਨੂੰ ਇੰਜ ਮਨਾ ਲਿਆਈ ਮੈਂ ਵੀ ਇੰਜ ਮਨਾ ਲਾ ਅੱਲਾ ਕਰੀਮ ਫਰਮਾਉਂਦੇ ਨੇ ਆਦਮ ਅਲੈ ਸਲਾਮ ਰੋਂਦੇ ਰਹਿਣ ਤੇ ਗਿੜਗਿੜਾਉਂਦੇ ਰਹਿਣ ਮੇਰੇ ਅੱਗੇ ਅੰਗੋਜ਼ਾਰੀ ਕਰਦੇ ਰਹਿਣ ਤੇ ਸਜਦੇ ਤੇ ਰਕੂ ਕਰਦੇ ਰਹਿਣ ਮੈਨੂੰ ਮੰਨਦੇ ਰਹਿਣ ਮੰਨਦੇ ਰਹਿਣ ਰੋਂਦੇ ਰਹਿਣ ਵੱਡੇ ਜ਼ੋਰ ਲਾਈ ਰੱਖੇ ਨਾ ਆਦਮ ਅਲੈ ਸਲਾਮ ਅੱਲਾ ਦਾ ਕੁਰਾਨ ਫਰਮਾਉਂਦਾ ਜਿਹੜੇ ਵੇਲੇ ਆਦਮ ਨੇ ਜ਼ੋਰ ਲਾਇਆ ਫਰਮਾਂਦਾ ਇੱਥੇ ਆਦਮ ਅਲੈ ਸਲਾਮ ਦਾ ਜ਼ੋਰ ਪਿਆ ਲੱਗਦਾ ਹੈ ਮੈਨੂੰ ਮਨਾਉਣ ਵਾਸਤੇ ਮੇਰੇ ਕੋਲ ਉੱਚਾ ਦੇ ਕਲਿਮਾਤ ਲਵਣ ਵਾਸਤੇ ਮੇਰੇ ਕੋਲ ਰੱਬਨਾ ਦਾਤੇ ਨਾ ਵਾਲੇ ਕਲਿਮਾਤ ਲਵਣ ਵਾਸਤੇ ਤੇ ਤਵਜੋ ਕਰ ਮੇਰਾ ਭਾਈ ਮੇਰਾ ਦੋਸਤ ਜਿਹੜੇ ਵੇਲੇ ਆਦਮ ਅਲੈ ਸਲਾਮ ਰੂਨੇ ਹੋਣੇ ਨੂੰ ਤੇ ਰੱਬ ਦੇ ਅੱਗੇ ਦੁਆਵਾਂ ਕੀਤੀਆਂ ਹੋਣੇ ਉਹਲੇ ਮੁੰਤਜ਼ਰ ਵੀ ਰਹੇ ਹੋ ਸੀ ਪੈਗੰਬਰ ਜੋ ਕਦਣ ਪਈ ਆਉਂਦੀ ਏ ਰਹਿਮਤ ਦਿਲ ਚ ਸਿੱਖ ਵੀ ਉਹ ਸੀ ਜੇ ਜਦਣ ਕਲਿਮਾਤ ਕਲਿਮਾਤ ਨੂੰ ਇੰਝ ਚਬਣਾਗਾ ਜੋ ਫਿਰ ਜਾਨ ਤੇ ਦਿਲ ਦਿਆਂਗਾ ਮਗਰ ਕਲਿਮਾਤ ਨਹੀਂ ਛੋੜਾਂਗਾ ਇੰਤਜ਼ਾਰ ਚਿਰੇ ਹੋਣਾ ਸਿਰਫ ਵੱਡੀ ਰਹਿ ਗਈ ਹੋਣੀ ਆਦਮ ਅਲੈ ਸਲਾਮ ਨੂੰ ਤੇ ਜ਼ੋਰ ਤੇ ਲੱਗਦਾ ਪਿਆ ਆਦਮ
پتہ نہیں کتنے سال پہ لگ دے رہے، مگر اللہ فرماتا ہے آدم دا زور لگا ہے، جدن تواڈی واری آئی ہے تواڈا زور نہیں لگا، ان کلا تو لب کل قران مل در حکیم علیم، تلک کا معروف ہے تو لب کا مجھول ہے، یعنی اٹھ جے دور آدم دا لگدا رہیا ہے تے ایتھے آدم دا نہیں لگدا، میری رحمت دا زور لگدا رہ گیا ہے، اٹھ جے منتظر آدم رہیا ہے جو کدڑا دن کلمات اٹھا وے دھریا ہے، تے ایتھے میری رحمت منتظر رہی ہے جو مادی کدڑ پہ آندا ہے جے سینے تے میں وسنا ہے، او کدڑ آدی ہے سو بلاندا پہ ہے جے سینے تے میں وسنا ہے، اللہ کریم فرماندا ہے اٹھ زور لگدا رہیا آدم دے ایتھے میری رحمت زور لگدے رہے، اٹھے آدم سے کریں درے ایتھے میری رحمت سے کریں دی رہی ہے، تے پوری دی پوری کائنات وچ دے قرآن کیسا تا انتظار کیتا ہے، نہ او امام مہدی دا کردا جو فلانا آئے گا تے پڑھ کے سنائے گا، او سونے آئے تے ابراہیم دا انتظار بھی نہیں کردا، اس جے انتظار کیتا ہے ہزاراں سال تا سونے محمد دا انتظار کیتا ہے، جدڑ او آئے گا تے ایک کر کے وساں گا، جو جہان جن تک نہ اگے وسیا ہونا ہے تے نہ پھر کدے وساں گا، لت لکل قرآن ہن ساڈے زور پہ لگدے نہیں، او سونے دے سردار ساڈی رحمت دے زور پہ لگدے نہیں، تے تہاڈو سکھ تے اٹھیندے پیا او سونے دے سردار، لو اگے تے ایک معجزہ دے دے رہے ہیں، کینو لاٹھی چدی تھی تے کینو ڈاٹھی چدی تھی، کینو پتھر چدی تھے تے کینو ہاتھ چدی تا، کینو کچھ چدی تھا تے کینو کچھ چدی تا، تے میں اونو آدھر ہے جو میری آیت تے توجہ ہے بولو، او کل دی میں سمجھ نہیں آندی بھائی، او کان دی بھائی، ہاں سبحان اللہ، پچھلے دور دی گل کر، کیلنڈر شلنڈر کئی نہ لوگ تاریخ پوچھتے ہیں، امام مسجد کو مولوی صاحب اج کے تاریخ چاہیے دسے ہوتے، ایک مولوی آئی خود کو ایک مائی آئی تاریخ پوچھن، بھائی اج چاند کی تاریخ آئی، اس ایک لوٹا رکھا ہوا مٹی کا بنے ہوا، تو یہ جی کھجور کی گٹھلی ہوتی ہے نہ جی چند نکلے نہ وہ ایک چسٹ لے دوئی دوار موڑ چسٹ لے تری دوار ان جلے جناب انتی ہو وجنی تری آخ مار کا چند ہو گیا ہی نہیں نو مہینہ لگ ہو گیا بڑھڑے کائی ہو سکے بھائی میں آج امام صاحب مولوی صاحب میں دسو بھی اج کے تاریخ آئی اج چاند کی تاریخ آئی ہو سکے کھلو میں لوٹا ویٹھی آؤں اندر گیا بال شرارتی آنا جناب جتنی گٹھلیاں پہ سارا چاہتے لوٹے چٹیاں مولوی صاحب کہنے لگ گئے ایک دو تر چار دہ پندرہ سولہ ستارہ اور مائی آواز لاوے جو میں کہتا قرضہ دے میرا میرے دس جو تاریخ آئی ہے یا کائی نہیں آئی ہو سکے مائی صاحب خبر کر میرے چاندی صحیح طرح گنتری کرن کرے انتری کریں دا تھک گیا آخری بار آیا مائی پوچھا مولوی صاحب چاندی کی تاریخ ہے سر تلے سڑ کے تو اتنا کر گیا تھا آج مائی چاندی سٹھ تاریخ ہے مائی نے بڑا تعجب ہویا بھی یہ کام میں کو آتا چاندی سٹھ تاریخ ہے اس کا مولوی صاحب ذرا یہ اتلا سسٹم سکھانے چاہیے الیا گل ہے درجات میں محفوظ والے مقام تو لے کے آیا تے ول تڈ سینے والا مقام میں چن لیا ایتھے اوتھے اتار دیتا ہے تے کیڈی برکت والی کتاب ہے جو محمد دے جڑے ویلے سینے تے قران اتریا ول جڑے ویلے ترجمان زبان بولندی ہے ہلے بولندا ودا ہوندا ہے سونیا دا سردار
تے اللہ کریم قرآن پڑھا کے محمد تے نازل کر دیتا وکیلی یا رب یا رب یا ابراہیم نہیں یا رب جنے ویلے مینو سدیا یا سونے دے سردار یا رب آخیا یا مینو تیرے ہوٹا ہلایا دی قسم دے نال قرآن جادوگر جادوگر والی تاثیر رکھتا ہے جو پڑھتا وجتا ہے لوگوں کے دل چھکی آتے ہیں یہ جڑے ویلے پڑھتا ہے ابو جہل جڑا دشمن ہے محمد رسول اللہ دا قرآن سنی رکھنا دل چ بہار آدی ایمان چ بہار آدی زندگی چ رونق آئی اللہ دے نبی صلی اللہ علیہ وسلم دے متعلق اعتراض لایا کہ جڑا ایک قرآن خلا پڑھتا ہے اس سے جبریل علیہ السلام ویکھے کوئی نہیں جو کون ہے اللہ کریم فرماندا ہے میرا سونے دے سردارا میں دسنا جو جبریل علیہ السلام کیویں آندا ہے کل تے اپنی زبان نال دسو تے باقی میں قرآن نال دس دینا جو جبریل کیویں آندا ہے تے ول تانوں سکھا کے چلا جاندا ہے انے محفل لگی ہوئی ہے محمد دے غلام کٹھے ہوئے ہیں سارے دے سارے بیٹھے نہ اللہ دے رسول بیٹھے مسئلے سمجھیں دے قرآن دی آیتاں دی تعلیم پڑھ دے دے فلانی آیت فلاں مانا بن دے نے فلانی آیت فلاں مانا بن دے نے میں قوت دا مانا تیر اللہ دی بن دے نے تے فلانی آیت دا مانا ہے بن دے نے دسیں دے ہاں دسیں دے ہاں دسیں دے ہاں ایک بندہ آ گیا چاچر مچھ بدھی ودا ہے سر تے نے پگڑی بدھی ودا ہے کوئی لکڑ ہارا بدھی ودا ہوندا ہے آ کے ٹوٹی ہوئی جُتی پائی ہوئی ہے تے اللہ دے نبی سونے دے سامنے بیٹھ گیا اُڈے ہوئے والے تے ترتی گئیاں موچھاں تے داڑھی ہے معلوم ہوندا ہے پتہ نہیں کوئی دور سفر کر کے آندا پیا ہے تے کتنے دے ہو گئے نے اس تے غسل بھی کوئی نہیں کیتا تے ناتا بھی کوئی نہیں اللہ دے سونے رسول دے سامنے جڑے ویلے آ کے بیٹھا سوال کرن لگ گیا ہے بخاری شریف دی مشہور حدیث جبرائیل اُدے اندر تذکرہ موجود ہے جڑے ویلے آ کے بیٹھا ہے پوچھن لگے اللہ دے رسول کول مل ایمان ایمان کیڑی چاہے مڑ پوچھن لگے جی اسلام کیڑی چاہے ول پوچھن لگے احسان کیڑی چاہے تے جڑے ویلے سونے دا سردار جواب دیندا ہے او دے ہاتھ انج انج کریندا ہے بالکل جٹ دیا سوال کی ہو جائے کرتا ہے نال پیچھے سیری ہلدا معلوم ہوتا ہے آپ ہی مفتی پتا ہے سو مسائل جلے ہوتا رہا ہے ایک کام چلتا رہا ہے چلدیا 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 پوچھدیا پھر پوچھتا ہے تسا دسو جی بھلا مینو اس سوال کا جواب دیو جو قیامت کدڑ آنی ہے اللہ دے نبی نے بڑا سونا جواب دیتا ہے وہ پوچھن والے سائلا جویں تینوں کوئی پتا کوئی نہیں یہ مینو بھی کوئی پتا کوئی نہیں اے قرآن تائیوں پیغام لے کے آیا ہے جو پردے دے پیچھو کوئی جان تے سن والا کوئی نہیں کت دے ہولیا دے پیچھے کے ہو رہے نو جان والا کوئی نہیں یدن جیتا نبی نہیں جان سکتا جو کت دے ہولے دے کے ہوندا پیا ہے بھلا مرن والا کیویں جان سکتا ہے جدن سونے دا سردار تے نبیاں دا سردار محمد مصطفیٰ نہیں جان سکتا تے بھلا کوئی ہور دے رائے را کیویں جان سکتا ہے جڑے ویلے سوال پوچھ لین دے ہاتھی نے اس ویلے چنگا جڑے جی سلام علیکم میں تاں ویندا پیا جڑے ویلے ٹرے ایک صحابی نے پیچھا کیتا ہے جو پتہ نہیں ہے کون بندہ ہے تھوڑی دیر تو بعد وہ غائب ہو گیا ہے نبی کول صحابہ کرام نے پوچھے پتہ نہیں یہ کون آئی تے پتہ نہیں کیویں آیا ودائی جڑا تہاڈے کول سوال پوچھدا رہیا ہے اللہ دے نبی فرمایا اے جبریل علیہ السلام اللہ نے بھیجے ہے جو انوں
دے غلاماں نوں قرآن سکھا کے آ سر ہو گیا شیاطین آ کے پڑھ پڑھ کے نو سنا دینا اس ویلے اللہ دے سونے نبی تے اللہ کریم نے قرآن اتاریا ول سورت نجم اتاری ہے اللہ کریم کے فرما دینا مکان قرآن ہے میں تینوں
ਮੁੰਜਾਂ ਦੀਆਂ ਜ਼ਿਆਰਤਾਂ ਕਰਾਈਆਂ ਉੱਥੇ ਜੇ ਵੇਲੇ ਸਿਦਰਤੁਲ ਮੁੰਤਹਾ ਕੋਲੋਂ ਉਹ ਮੇਰੀ ਨਜ਼ਰ ਆਤੇ ਜਿਹਦੇ ਵੱਡੇ ਵੱਡੇ ਪੱਤੇ ਜਿੱਥੇ ਵੰਜ ਕੇ ਫਰਿਸ਼ਤੇ ਵੰਜ ਕੇ ਠਾਂ ਭਰਿਆ ਅੱਲਾ ਦੇ ਆਕਾਮਾਤ ਨੂੰ ਸ਼ੁਰੂ ਕਰ ਲਿਆ ਇੱਕ ਵਾਰੀ ਤੁਸੀਂ ਇੱਥੇ ਵੇਖਿਆ ਤੇ ਤੂੰ ਹੀ ਵਾਰੀ ਉੱਥੇ ਵੇਖਿਆ ਹੈ ਉਹ ਇਤਰਾਜ਼ ਕਰਨ ਵਾਲੇ ਆ ਜਰਾ ਕੰਨ ਖੋਲ ਕੇ ਸੁਣ ਲੈ ਮੇਰੇ ਮੁਹੰਮਦ ਜਿਬਰੀਲ ਆਉਂਦਾ ਹੈ ਤੇ ਕੁਰਾਨ ਲੈ ਕੇ ਆਉਂਦਾ ਹੈ ਤੇ ਸੀਨਾ ਵੱਡਾ ਮਾਫੂਰ ਸ਼ੈਤਾਨੀ ਅਸਰਾਤ ਕੋਲੋਂ ਸ਼ੈਤਾਨੀ ਤਸੱਲਤ ਕੋਲੋਂ ਸ਼ੈਤਾਨੀ ਕਬਜ਼ੇ ਕੋਲੋਂ ਮੈਂ ਬਿਲਕੁਲ ਮਾਸੂਮ ਰੱਖਿਆ ਹੋਇਆ ਤੇ ਬਿਲਕੁਲ ਮਗਨੂਨ ਰੱਖਿਆ ਹੋਇਆ ਜੇ ਏਡਾ ਮਗਨੂਨ ਤੇ ਮਹਫੂਜ਼ ਨਾ ਹੁੰਦਾ ਤੇ ਸਾਸੂ ਕੁਰਾਨ ਨੂੰ ਥੁੱਲਿਆ ਕੇ ਮੁਹੰਮਦ ਸੀਨੇ ਤੇ ਨਾ ਨਾਜ਼ਿਲ ਕਰਨਾ ਪਵਿਆ ਅੱਲਾ ਕਰੀਮ ਫਰਮਾਂਦਾ ਵੱਡੇ ਮੁਕੱਦਰਾਂ ਵਾਲੇ ਮੁਸਲਮਾਨਾ ਜਿਹੜੀ ਰਾਤ ਉਤਰਦਾ ਉਹੀ ਕਿਸਮਤਾਂ ਵਾਲੀ ਹੈ ਜਿਸ ਮਕਾਮ ਤੇ ਉਤਰਿਆ ਉਹੀ ਕਿਸਮਤਾਂ ਵਾਲਾ ਜਿਹੜਾ ਲੈ ਕੇ ਆਇਆ ਉਹੀ ਵੱਡੇ ਮੁਕੱਦਰਾਂ ਵਾਲਾ ਜੋ ਸਾਰੇ ਨੂਰੀਆਂ ਦਾ ਸਰਦਾਰ ਹੈ ਤੇ ਜੇ ਅੱਜ ਤੇਰੇ ਦੇ ਅੱਗੇ ਕੁਰਾਨ ਪੜਿਆ ਜਾਵੇ ਉਹ ਮੇਰਾ ਭਾਈ ਮੇਰਾ ਦੋਸਤ ਤੇ ਤੂੰ ਆਖੇ ਮੈਂ ਫਲਾਣੀ ਰਿਵਾਇਤ ਨੂੰ ਮੰਨੇ ਨਾ ਤੇ ਕੁਰਾਨ ਦੀ ਆਇਤ ਨੂੰ ਨਹੀਂ ਮੰਨੇਗਾ ਵੱਲ ਤੂੰ ਰਿਵਾਇਤ ਤੇ ਈਮਾਨ ਲੈ ਕੇ ਆਇਆ ਹੈ ਕੁਰਾਨ ਦੀ ਆਇਤ ਤੇ ਈਮਾਨ ਕੋਈ ਨਹੀਂ ਲੈ ਕੇ ਆਇਆ ਤੈਨੂੰ ਪਤਾ ਹੋਣਾ ਚਾਹੀਦਾ ਜਿਹੜੀ ਕੁਰਾਨ ਦੀ ਆਇਤ ਨੂੰ ਆਇਆ ਤਾਂ ਆਖਿਆ ਵੈਂਦਾ ਹੈ ਹਾਲਾਂਕਿ ਕੁਰਾਨ ਦਾ ਮੁਤਾਲਿਆ ਕਰਨ ਨਾਲ ਪਤਾ ਚੱਲਦਾ ਹੈ ਜੋ ਅੱਲਾ ਨੇ ਮੌਜੂਦੇ ਨੂੰ ਆਇਆ ਤਾਂ ਆਖਿਆ ਹੈ ਤੇ ਅੱਲਾ ਦੇ ਨਬੀ ਫਰਮਾਉਂਦੇ ਦੋਹਾਂ ਨੂੰ ਤੇ ਮੌਜੂਦੇ ਮਿਲਦੇ ਰਹਿਣ ਮਗਰ ਮੈਨੂੰ ਅੱਲਾ ਕੁਰਾਨ ਦੇ ਇਹਦੇ ਚ 6000 ਤੇ ਕੁਝ ਆ ਮਸ਼ਹੂਰ 6666 ਮਗਰ ਮੈਂ ਕਿਤਨੀਆਂ ਨੇ ਗਿਣਤੀ ਕੀਤੀ ਇਹ ਗਿਣਤੀ ਨਹੀਂ ਪੂਰੀ ਹੋਈ ਚਲੋ ਛੱਕਾ ਕਾ ਮਾਰ ਦਿੱਤਾ ਚੌਕੜਾ ਮਾਰ ਦਿੱਤਾ ਠੀਕ ਪਰ ਜਿਤਨੇ ਵੀ ਤ੍ਰੀ ਸਿਪਾਰੇ ਸਾਰੇ ਦੇ ਸਾਰੇ ਉਹ ਸਾਰੀ ਆਯਾਤ ਹੈ ਅੱਲਾ ਦੀ ਕੁਦਰਤ ਦਾ ਨਮੂਨਾ ਹੈ ਬਿਹਤਰੀਨ ਨਮੂਨਾ ਹੈ ਤੇ ਆਯਤ ਦਾ ਮਾਨਾ ਹੁੰਦਾ ਹੈ ਆਇਤ ਨੂੰ ਆਪਣੀ ਜ਼ਬਾਨ ਚ ਹਰ ਕੇ ਮੌਜਜ਼ਾ ਆਖਿਆ ਹੁੰਦਾ ਹੈ ਮੌਜਜ਼ੇ ਦਾ ਮਾਨਾ ਹੁੰਦਾ ਹੈ ਜਿਹੜਾ ਦੁਸ਼ਮਣ ਨੂੰ ਹਰਾ ਤੇ ਥਕਾ ਦੇ ਅੱਲਾ ਫਰਮਾਂਦਾ ਹੈ ਮੂਸਾ ਅਲੈਹਿਸ ਸਲਾਮ ਲਾਠੀ ਸੱਟੀ ਨਾ ਹੁੰਦਾ ਤੇ ਦੁਸ਼ਮਣ ਉਹਨੂੰ ਨਾ ਹਰਾ ਸਕਿਆ ਮੂਸਾ ਅਲੈਹਿਸ ਸਲਾਮ ਉਹਨਾਂ ਨੂੰ ਹਰਾ ਇਹ ਜਿਹੜੇ ਕੁਰਾਨ ਦੀ ਆਇਤ ਪੜ੍ਹਨਾ ਨਾ ਜੇ ਸਹੀ ਮਾਨੇ ਚ ਪੜ੍ਹੇ ਤੇ ਦੁਸ਼ਮਣ ਜਿੱਤ ਨਹੀਂ ਸਕਦਾ ਦੁਸ਼ਮਣ ਹਾਰ ਕੇ ਜਾਂਦਾ ਹੁੰਦਾ ਬੋਲੋ ਥੱਕੇ ਤਾਂ ਨਹੀਂ ਬੈਠੇ ਥੱਕੇ ਬੈਠੇ ਹੋ ਤਾਂ ਮੈਂ ਕੋਈ ਇੰਗਲਿਸ਼ ਸ਼ੁਰੂ ਕਰ ਦਿਆਂ ਸੁਭਾਨ ਅੱਲਾ ਕਬੂਲ ਫਰਮਾਵੇ ਆਖੋ ਆਮੀਨ ਅੱਜ ਦੀਆਂ ਖੜੀਆਂ ਇਨਸ਼ਾਅੱਲਾ ਜੇ ਕਬੂਲ ਹੋ ਗਈਆਂ ਤੇ ਜਿਵੇਂ ਮਸੀਹ ਦਾ ਮਿਨਾਰ ਸਾਰਿਆਂ ਨਾਲੋਂ ਉੱਚਾ ਨਹੀਂ ਹੁੰਦਾ ਇਨਸ਼ਾਅੱਲਾ ਇਹ ਨਹੀਂ ਵੀ ਤਾਂ ਸਾਰਿਆਂ ਨਾਲੋਂ ਉੱਚੀ ਖਲੀ ਹੋ ਸਕੇ ਕਿਉਂਕਿ ਇਹ ਉਹ ਰਾਤ ਹੈ ਜਿਸ ਰਾਤ ਕਾਫਰਾਂ ਦਾ ਅੱਲਾ ਕਰੀਮ ਨੇ ਮੂੰਹ ਕਾਲਾ ਕਰ ਦਿੱਤਾ ਮੂੰਹ ਲੋਕ ਮੂੰਹ ਕਾਲੇ ਨੂੰ ਮੂੰਹ ਕਾਲੇ ਦਾ ਬੰਨ ਹੁੰਦਾ ਉਹਨਾਂ ਦਾ ਬਲੱਡ ਲੋ ਹੋ ਗਿਆ ਬੀਪੀ ਘੱਟ ਗਿਆ ਜਿਹੜੇ ਕੁਰਾਨ ਉਤਰਿਆ ਨਾ ਤਾਂ ਬੰਦੇ ਦਾ ਖੂਨ ਤੱਲੇ ਆਵੇਗਾ ਤੇ ਮੂੰਹ ਕਾਲਾ ਹੋ ਜਾਂਦਾ ਇਹ ਕੁਰਾਨ ਉਤਰਨ ਨਾਲ ਮੁਸ਼ਰਿਕ ਦਾ ਮੂੰਹ ਕਾਲਾ ਹੋ ਜਾਂਦਾ ਮੂੰਹ ਰੱਤਾ ਨਹੀਂ ਹੋ ਸਕਦਾ ਕੁਰਾਨ ਕਿਹੜੀ ਅਜ਼ੀਮ ਕਿਤਾਬ ਹੈ ਬਹਰਾਲ ਮੇਰਾ ਸੋਹਣਿਆਂ ਦੇ ਸਰਦਾਰ ਇੰਨਾ ਗਲਤ ਲੱਕਲ ਕੁਰਾਨ ਮਿਲਤ ਰਹੀਮ ਨਾਲੀ ਇੱਥੇ ਤੁਹਾਡਾ ਦੌਰ ਨਹੀਂ ਲੱਗਾ ਸਾਡਾ ਦੌਰ ਲੱਗਾ ਅੱਗਾ ਪੜ ਮੇਰਾ ਭਾਈ ਮੇਰਾ ਦੋਸਤ ਕੁਰਾਨ ਦੀ ਇਸ ਆਇਤ ਨੂੰ ਅੱਲਾ ਕਰੀਮ ਨੇ ਜਿਹੜੇ ਵੇਲੇ ਆਦਮ ਅਲੈਹਿਸ ਸਲਾਮ ਦਾ ਤਜ਼ਕਰਾ ਕੀਤਾ ਅੱਲਾ ਕਰੀਮ ਫਰਮਾਉਂਦੇ ਨੇ ਫਤਾ ਲੱਗਾ ਆਦਮ ਮਿਰ ਰੱਬੀ ਪੇਸ਼ਾ ਮਿਰ ਪੜੋ ਜਾਏਗਾ ਮਿਰ ਰੱਬੀ ਆਦਮ ਨੇ ਸਿੱਖ ਲੀਏ ਆਪਣੇ ਰੱਬ ਸੇ ਕੁਛ ਕਲਮਾਤ ਤੇ ਜਿਹੜੇ ਵੇਲੇ ਇੱਥੇ ਆਇਆ ਅੱਲਾ ਕਰੀਮ ਨੇ ਨਾ ਮੈਂ ਦਾਖਲ ਕੀਤਾ ਹੈ ਨਾ ਇਹਦਾ ਦਾਖਲ ਕੀਤਾ ਹੈ ਹਾਲਾਂਕਿ ਇਹਦਾ ਦਾ ਵੀ ਮਨ ਆਉਂਦਾ ਜੋ ਆਪਣੇ ਰੱਬ ਕੋਲੋਂ ਸਿੱਖ ਲੈ ਸੋ ਮਗਰ ਅੱਲਾ ਕਰੀਮ ਨੇ ਇੱਥੇ ਲਫ਼ਜ਼ ਅਦਾ ਕੀਤਾ ਮਿਲਾ ਤੁਮ ਹਕੀਮ ਅਲੀ ਮਿਲਾ ਤੁਮ ਕਾ ਆਪਣੀ ਜਨਾਬ ਵਿੱਚੋਂ ਕੋਈ ਖਾਸ
ਤੇ ਸਪੈਸ਼ਲ ਪੁੱਤਰ ਅਤਾ ਕਰੇ ਅੱਲਾ ਸਈਆ ਪੁੱਤਰ ਹੋਣ ਤੇ ਪੁੱਤਰ ਪਿਓਵਾਂ ਨੂੰ ਬਣਾਈ ਰੱਖਣ ਪੁੱਤਰ ਹੋਣ ਤੇ ਪਿਓਵਾਂ ਦੀ ਇੱਜ਼ਤ ਨਾ ਕਰਨੀ ਹੋ ਜਾਏ ਪੁੱਤਰ ਨਾਲੋਂ ਤੇ ਬੰਦਾ ਕੋਈ ਲੇਲਾ ਪਾਲ ਲਵੇ ਵੱਲ ਵੀ ਹੋ ਸਕਦਾ ਕੋਈ ਕੁੱਤਾ ਪਾਲ ਲਵੇ ਹੋ ਸਕਦਾ ਵਫਾ ਕਰੇ ਮਗਰ ਇਹੋ ਜਿਹਾ ਪੁੱਤਰ ਜਿਹੜਾ ਬਾਪ ਦੀ ਇੱਜ਼ਤ ਦਾ ਤੁਰਾ ਬੁਲੰਦ ਨਾ ਕਰੇ ਤੇ ਬਾਪ ਦੀ ਇੱਜ਼ਤ ਦੇ ਤੁਰ ਨੂੰ ਖਾ ਕਲੂਰ ਕਰੇ ਇਹੋ ਜਿਹੇ ਪੁੱਤਰਾਂ ਦੀ ਤਾਂ ਲੋੜ ਕਾਈ ਨਹੀਂ ਤਾਂ ਮੈਂ ਨਾ ਮਿਲਣਾ ਦੌਲਦਾ ਹੋ ਵਸੀ ਖਜ਼ਾਨਿਆਂ ਵਾਲਿਆ ਤੇਰੇ ਤੇ ਖਜ਼ਾਨਿਆਂ ਦੇ ਅੰਦਰ ਕਮੀ ਹੈ ਕੋਈ ਨਾ ਤੇਰੇ ਤੇ ਖਜ਼ਾਨਿਆਂ ਦੇ ਅੰਦਰ ਕਦੇ ਕਮੀ ਤੇ ਕੋਈ ਆਉਂਦੀ ਕੋਈ ਨਹੀਂ ਮੈਨੂੰ ਆਪਣੀ ਜੁਨਾਹ ਵਿੱਚੋਂ ਦੇਵੇ ਤੇ ਜਿਹੜੇ ਵੇਲੇ ਸਾਬਕਾ ਵਾਲੇ ਆਪਣੇ ਘਰਾਂ ਦੇ ਬਾਰਾਂ ਤੇ ਬੈਡਾਂ ਤੇ ਬਿਸਤਰਾਂ ਤੇ ਖਾਣੇ ਪੀਣੇ ਨੂੰ ਤੇ ਸਕੂਨ ਦੇ ਮਾਹੌਲ ਨੂੰ ਛੋੜ ਕੇ ਵੇਂਦੇ ਪੈਣ ਉਸ ਵੇਲੇ ਵੀ ਅੱਲਾ ਨੂੰ ਆਦੇ ਅੱਲਾ ਸਈਆ ਆਪਣੀ ਖਾਸ ਰਹਿਮਤ ਦੇਵੇ ਮਿਲਣਾ ਤੇਰੂ ਕਰਾਮਤ ਆਪਣੀ ਖਾਸ ਰਹਿਮਤ ਦੇਵੇ ਕਿਡਾ ਸਾਥੀ ਵਿੱਚ ਫਸ ਗਿਆ ਤੇ ਖਾਰਾਂ 'ਚ ਫਸ ਗਿਆ ਇੱਥੇ ਆਮ ਰਹਿਮਤ ਨਾਲ ਵੀ ਕੰਮ ਚੱਲਣ ਮਗਰ ਜਿਹੜੀ ਡੋਲੀ ਤੇ ਰਫਤਾਰ ਤੇਰੀ ਖਾਸ ਰਹਿਮਤ ਦੀ ਹੋਣੀ ਹੈ ਉਹਦੇ ਤੇ ਕੋਈ ਮੁਕਾਬਲਾ ਨਹੀਂ ਕਰ ਸਕਦਾ ਅੱਲਾ ਕਰੀ ਫਰਮਾਂਦਾ ਤੌਰਾਤ ਪੜ੍ਹਨ ਵਾਲੇ ਵੀ ਫਸ ਗਏ ਇੰਜੀਲ ਪੜ੍ਹਨ ਵਾਲੇ ਵੀ ਫਸ ਗਏ ਤੇ ਮੱਕੇ ਦਾ ਮੁਸ਼ਰਕ ਉਮੀ ਤੇ ਅਨਪੜ੍ਹ ਵੀ ਫਸ ਗਿਆ ਹੈ ਹੁਣ ਤੇ ਆਮ ਕਿਤਾਬ ਦੀ ਤਾਕਤ ਨਹੀਂ ਭਾਵੇਂ ਕੋਈ ਅਸਮਾਨੀ ਵੀ ਆਵੇ ਇਸ ਖੋਫੇ ਵਿੱਚੋਂ ਕੱਢੇ ਮੈਂ ਤੈਨੂੰ ਦਿੰਦਾ ਪਿਆ ਕੁਰਾਨ ਮਿਲਾ ਦੁਨ ਹਕੀਕੀ ਆਪਣੇ ਖਾਸ ਰਹਿਮਤ ਇਸ ਤੋਂ ਬਾਅਦ ਕਿਤਾਬ ਆਵਣੀ ਕਿਤਾਬ ਵੀ ਨਹੀਂ ਆਵਣੀ ਤੇ ਕਿਤਾਬ ਦਾ ਮਕਾਮ ਹੀ ਨਹੀਂ ਆਵਣਾ ਜਿੱਥੇ ਕਿਤਾਬ ਉਤਰੇ ਇਸ ਵਾਸਤੇ ਕੋਈ ਕਾਲਾ ਪੀਲਾ ਘੋੜਾ ਅੰਨਾ ਘੋੜਾ ਲੂਲਾ ਲੰਗੜਾ ਮਤਾ ਦਾਵਾ ਕਰੇ ਜੋ ਨਬੀਆ ਨਹੀਂ ਮਿਲਣ ਦੁਨ ਕਾ ਇਹ ਖਾਸ ਅੱਲਾ ਦੀ ਤਰਫ ਹੋਈ ਤੇ ਇਸ ਤੋਂ ਬਾਅਦ ਹੋਰ ਕਹਿ ਵੀ ਨਹੀਂ ਆ ਸਾਡੀ ਮਿੱਟੀ ਮੋੜੀ ਡੇਢ ਕੁਰਾਣੀ ਹੈ ਬੁਲਤਾਨੀ ਆਦੀ ਤੁਹਾਡੀ ਮਿੱਟੀ ਬਾਅਦ ਬੰਦੇ ਤਾਂ ਹੁੰਦੇ ਨੂੰ ਕੁਰਾਣੇ ਜਿਵੇਂ ਇਹ ਪਹਾੜੀ ਇਲਾਕਾ ਤੇ ਬਾਅਦ ਹੁੰਦੇ ਨੂੰ ਉੱਥੇ ਕਣਕ ਹੀ ਨਹੀਂ ਹੋਣੀ ਏਡੀ ਬੋਲੀ ਬੋਲੀ ਹੈ ਪਤਾ ਨਹੀਂ ਹੁਣ ਤੁਸੀਂ ਕਿਹੜੇ ਕਿਹੜੇ ਆ ਗਏ ਆਖੋ ਸੁਭਾਨ ਅੱਲਾ ਹਿਦਾਇਤ ਦਾ ਵੱਡਾ ਬਿਹਤਰੀਨ ਨਮੂਨਾ ਬਣਿਆ ਹੈ ਮੁਹੰਮਦ ਰਸੂਲ ਅੱਲਾ ਦੀ ਇੱਜ਼ਤ ਅਜ਼ਮਤ ਵਾਲੀ ਉਮਤ ਦਾ ਸ਼ੈਤਾਨ ਬੁਲਬੁਲ ਮਾਫੂਰ ਹੈ ਵੱਲ ਰਹਿਮਤ ਵੀ ਵਸਦੀ ਪਈ ਹੈ ਜਿਹੜੇ ਮਹੀਨੇ ਸਾਨੂੰ ਕੁਰਾਨ ਪਿਆ ਮਿਲਦਾ ਹੈ ਉਹ ਮਹੀਨਾ ਵੀ ਸ਼ੈਤਾਨ ਕੋਲ ਮਾਫੂਰ ਹੈ ਜਿਹੜਾ ਮਕਾਮ ਪਿਆ ਮਿਲਦਾ ਹੈ ਉਹ ਵੀ ਸ਼ੈਤਾਨ ਕੋਲ ਮਾਫੂਰ ਹੈ ਜਿਹੜਾ ਮੈਦਾਨ ਪਿਆ ਮਿਲਦਾ ਹੈ ਉਹ ਵੀ ਸ਼ੈਤਾਨ ਕੋਲ ਮਾਫੂਰ ਹੈ ਤੇ ਜਿਹੜਾ ਕੁਰਾਨ ਦਾ ਕਾਰੀ ਪਿਆ ਬਣਦਾ ਉਹ ਵੀ ਸ਼ੈਤਾਨ ਕੋਲ ਮਾਫੂਰ ਹੈ ਤਾਂ ਤਾਂ ਜਿਹੜੇ ਵੇਲੇ ਅੱਲਾ ਕਰੀਮ ਨੇ ਪਹਿਲੀ ਵਾਰੀ ਕੁਰਾਨ ਦੀ ਆਯਾਤ ਦਾ ਨਜ਼ੂਲ ਕੀਤਾ ਹੈ ਅੱਲਾ ਕਰੀਮ ਫਰਮਾਉਂਦੇ ਨੇ ਇਕਰਾ ਬਿਸਮ ਰੱਬਿਕ ਅੱਲਜ਼ੀ ਖਲਕ ਇਕਰਾ ਦਾ ਮਾਨਾ ਪੜ੍ਹੇ ਯਾਨੀ ਇਕਰਾ ਕੋ ਨੁਦਾਰੀ ਉਹ ਪੜ੍ਹੋ ਮੇਰਾ ਮੁਹੰਮਦ ਤੇ ਮੇਰੇ ਕੁਰਾਨ ਦਾ ਕਾਰੀ ਬਣਵਾ ਜਿਹੜੇ ਵੇਲੇ ਮੇਰਾ ਕਾਰੀ ਕੁਰਾਨ ਖਲਾ ਪੜ੍ਹਦਾ ਹੋਵੇ ਮੈਂ ਅੱਜ ਤੱਕ ਕਹੇ ਨਬੀ ਦੀ ਆਵਾਜ਼ ਤੇ ਇਹਦੇ ਕੰਨ ਨਹੀਂ ਲਾਏ ਜਿਹੜਾ ਸੁਣਿਆ ਤੂੰ ਪੜਦਾ ਖਲੋ ਤੋ ਨਾ ਤੇ ਮੇਰੀ ਰਹਿਮਤ ਮੁਤਵਜੇ ਹੋ ਵੈਂਦੀ ਏ ਆਥੇ ਨੇ ਤਾਂ ਫਲਾਣੀ ਮਸੀਹ ਦਾ ਕਾਰੀ ਏ ਤੇ ਫਲਾਣਿਆਂ ਦਾ ਕਾਰੀ ਏ ਇਕਰਾ ਕੋਨ ਕਾਰੀ ਉਹ ਸੁਣਿਆ ਤੇ ਸਰਦਾਰਾ ਤੂੰ ਪੜ ਤੇ ਮੇਰਾ ਕਾਰੀ ਬਣਵਾ ਲੈ ਤਾਂ ਕਿ ਮੈਂ ਆਖਾਂ ਜੋ ਲੋਕਾਂ ਦੇ ਕਾਰੀ ਤੇ ਫਲਾਣੀ ਕਿਤਾਬਾਂ ਪੜਦੇ ਰਹਿਣ ਇਹ ਮੇਰਾ ਮੁਹੰਮਦ ਨਵਾਬ ਪੈਗੰਬਰਾਂ ਦਾ ਪੇ ਜਿਹੜਾ ਟੁਰੇ ਤੇ ਮੇਰੀ ਰਹਿਮਤ ਨੂੰ ਜੋਸ਼ ਆ ਵੈਂਦਾ ਹੈ ਜਿਹੜਾ ਬੋਲੇ ਤੇ ਮੇਰੀ ਰਹਿਮਤ ਹੋਸਣ ਲੱਗ ਪੈਂਦੀ ਏ ਜਿਹੜਾ ਖਾਵੇ ਤੇ ਮੇਰੀ ਰਹਿਮਤ ਵਸਣ ਲੱਗ ਪੈਂਦੀ ਏ ਜਿਹੜਾ ਪੀਵੇ ਤੇ ਮੇਰੀ ਰਹਿਮਤ ਵਸਣ ਲੱਗ ਪੈਂਦੀ ਏ ਜਿਹੜਾ ਬੋਲੇ ਤੇ ਮੇਰੀ ਰਹਿਮਤ ਵਸਣ ਲੱਗ ਪੈਂਦੀ ਏ ਉਹ ਪਰੇਸ਼ਾਨ ਨਾ ਹੋਇਆ ਕਰ ਜੋ ਲੋਕ ਤੇਰੀਆਂ ਗੱਲੀਆਂ ਨਜ਼ਰ ਆਵੇ ਥੇ ਨੇ ਤੇ ਲੋਕ ਟੋੜੇ ਟੱਪਲੇ ਕਰੇ ਦਿਨ ਫਾਇਨਾ ਕਾਫੇ ਆਇਓ ਨੇ ਨਾ ਦੀਆਂ ਅੱਖਾਂ ਵਿੱਚ ਵਸਣਾ ਹੈ ਉਹ ਸੋਹਣਿਆ ਤੈਨੂੰ ਕਹਿੰਦੀਆਂ ਅੱਖਾਂ ਵੀ ਨੁਕਸਾਨ ਨਹੀਂ ਦੇ ਸਕਦੀਆਂ ਉਹ ਮੇਰੇ ਕਾਰੀਆ ਪੜ ਕੁਰਾਨ ਰਾਤੀ ਉਹ ਵੀ ਕੁਰਾਨ ਪੜ ਉਹ ਤੁਲੂ ਮਾ ਉਹ ਹੀ ਨਹੀਂ ਕਮੀ ਨਲ ਕਿਤਾਬ ਤੈਨੂੰ ਇਹ ਅਨ ਅਤਲੂ ਵਲ ਕੁਰਾਨ ਰਾਤ ਹੋਵੇ ਕੁਰਾਨ ਦਿਨ ਹੋਵੇ ਕੁਰਾਨ ਬਦਰ ਦਾ ਮੈਂ
رحمت اس پہ رہ جاوے تو پڑھ دا رہ جا تے میری رحمت تیرے اگے تے پیچھے تیرے تے نچھاور ہوئی رہ جاوے تو تے پڑھنا ہی پڑھنا ہے پڑھدا ہی پڑھدا ہے تیرا غلام وچ پڑھے او ایک واری پڑھدا ہے تے میں ساری رات رحمت کردا رہوے قرآن پڑھ وڈی قسمت والی کتاب ہے وڈے مقدر والی کتاب ہے تے جے میرا بھائی میرا دوست تیرے دل چ سکھان دیے جو مینوں اور راستہ مل جاوے مینوں او ایمان مل جاوے جڑا شیطانی خطرات کول محفوظ ہوے جڑے شیطانی حملے کول محفوظ ہوے جس شیطان دا کوئی اللہ تے ملاوٹ تے تلبیس نہ ہوے تے قرآن پڑھیا کر اللہ دی قسم اے اک واری تیرا قرآن پڑھن دی دے رے ایک تقریر بھی جے تو قرآن والی سن لئی میں تینو ضمانت پہ دینا قرآن دی شہادت دی جو اللہ دی قسم اے تیرے دل چلا ایمان دا بوٹا ضرور لا دے اور جن پیا دے کوئی 1400 سال دا جن نے کوئی 1500 سال دا جن نے کوئی 1200 سال دا جن نے ٹرے نہ دن تے آندے پین ویتھے ودے جو یار سمانا تے ہوئی آئے تو حملہ ہو ویندا ہے پتہ نہیں کون آیا ودا ہے اگے تے 124000 قوم پیش پیغمبر آندے رہ گئے مگر ای ہو جی ماحول میں کوئی نہیں ہویا پتہ نہیں کون آیا ودا ہے کہ نہیں وہ تو نہیں آیا ودا جے دے بارے عیسیٰ علیہ السلام بشارت دے کے ٹر گئے جے دے بارے موسیٰ علیہ السلام بشارت دتی رکھی ہے کدا ہی وہ تھ نہیں آ گیا ودے 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 پتہ کریں دل جو کون آیا ودا ہے تا جو محمد نوجوان کائنات دی مخلوقاں دا سردار محمد بیٹھا وادی نخلا دے اندر قرآن دی تلاوت کریندا ہے اللہ فرماندا ہے جے ویلے وادی نخلا کولو جے نہ گزرے مخلوق دے فرض اپنی گل ہی نہیں کرنی چاہیے انسے تو چپ کرو یار ایک دوئے نو آدھے چپ چپ سنتے رہے سنتے رہے سنتے رہے ایک تقریر سنیو نے تے ٹر گئے اللہ کریم فرماندا ہے سونیا تینوں تے پتہ ہی کوئی نہیں جے لے تساں قران پڑھ دے بیٹھے ہے جو ایتھے وادی وچ جن وی موجود ہن کہ کوئی نہ میں تانوں دسنا قلو ہی ائی لیلیا ان استما نفر من الجن جے لے تساں قران پڑھ دے بیٹھے ہو لے جن وی موجود ہن لیکن جن وڑی تاج نال سن دے بیٹھے ہیں جے لے ایک تقریر محمد دی سنی نے واپس پلٹن دے دیکھ لنیا کتاب سن کے اڑی تاجو والی کتاب ہے جڑے ویلے کتاب
کمی آئی نہ کدائی فساحت کمی آئی نہ کدائی بلاغت کمی آئی نہ کدائی ترکیب کمی آئی نہ کدائی ترتیب کمی آئی نہ کدائی نظم کمی آئی نہ کاری دی کرت کمی آئی وڈی سونی کتاب پہ پڑھی وی آئی اگے تورات وی سنتے رہ ویندے سے مگر او یار اس وردی تکائی نہیں او ہائی تو وی اللہ دی کتاب ان کتاب سنیے تے اگے دا کھٹے مشرک سجان نشر کرندے ویندے سے لوگوں کو اپنی پوجا پاٹ وی کرائی رکھدے سے کائنات جڑے لوگ دنیا دے مشکل کشا بن بیٹھے تے لکھ لکھ کے تے دنیا دی مصیبت دور کرن والے انہاں دے کرنا دے وچ آ کے ٹونگ مرندے سے تے لوگوں نو اپنا مرید بنائی رکھدے آ مگر اللہ سیاں وڈی عجیب کتاب چورا تاری ہے قران والی اے تے ایہو جے بے مثال کتاب ہے جو بندہ سن رمضان شریف کا مہینہ سات سو نیکیا رمضان دی گل کر رمضان دہ نہیں گٹتے دہ گٹا سات سو گٹ بنتے منہ درود شریف پڑھے تو منہ کی رونق ود گئی ہے یار بندہ قرآن بھی سن لو قرآن آیا شیطان تے جنہ گل بچاون تے مڑ وی بندہ قبراں دی پوجا کیتی رکھے یار اس قرآن پڑھے دا تا کوئی فائدہ نہیں بندہ قرآن وی پڑھدا رہ ونے تے کہ پھلانا وی داتا ہے پھلانا وی دستگیر ہے پھلانا وی غوث اعظم ہے پھلانا وی دیون والا ہے پھلانا وی کرنی والا ہے پھلانا وی این کریندا ہے یار بندہ قرآن وی پڑھدا رہ ونے تے ول شرک وی کریندا رہ ونے ساڈے عقل دے اندر اے گل لگدی کوئی نہیں جڑا قرآن پڑھے مگر اللہ نال کہنو شریک نہ کرے سی جڑی رب دی سجدے اوتھے وچ گئے پیغمبر نو ہی شریک نہ کرے سی جڑے رب دے کمال اوتھے وچ گئے نبی نو ہی شریک نہ کرے سی جے رب دا کمال تقریر سنی شرک بولو تو بات ہو گئے منظرین ڈراو اللہ فرماندا آئے ہاں ضرورت آئی ڈراوے دی ہوں ہٹے وی دن ڈراو والے بڑے وی دن ملو ہوتا ہے قرآن کی سماعت کھولو قرآن کی ہدایت کھولو شیطان رکے ہوتا ہے تے شیطان رو تے اللہ نے جگڑ دیتا ہے تیرا دشمن جزیرے چ پتا پیا تے تو آنا میرے دشمن لے گیا چنگا بھائی تو مومن پہلوان ہے دشمن تیرے نو اللہ نے دم دیتا ہے جدر دشمن بنی ونے تے ول کمزور جے پہلوان بھی جیت ویندے ہوتے میری عرض تیرے اگے ہے اتھو آیا قرآن تے او مقام بھی شیطان کو محفوظ ول
جڑے راستے دا چناؤ کیتا ہے او مقام شیطان کل محفوظ ول جے دے ہتھ وچ دیتا ہے او وی امین ہے امانت دار ہے او دی امانت دے وچ شیطان کدے حملہ نہیں کر سکدا ول جڑا مقام دیتا ہے او وی امانت دار مقام ہے ول جس ترجمان نے زبان میں پڑھ کے سنایا ہے او وی محمد رسول اللہ دی زبان ہے اے حق آیا تے سمجھا دیتا گیا ہے اس واسطے میرا بھائی میرا دوست قرآن کو ہدایت لبنی گئی تے اتھے شیطان نہیں آ سکدا تینوں کھڑا آئے ہو سکدا جو قرآن کو ہدایت لے کے ٹر کے ونجے تے باہر تے کوئی مل ہوے نہیں او کدے گیا میں جی ملتانیاں دی تقریر سن کے آ گیا اچھا خدا دی تقریر سن نال تے بندے دا نکاح ہی ٹوٹ ویندا ہے جیڑا نکاح قرآن سنن نال ٹوٹ ویندا ہے او اگے نکاح ہوندا ہی نہیں وگرنا قرآن سنن نال تے نکاح مضبوط ہوندے کمزور نہیں ہوندے اس واسطے ڈرن دی لوڑ کوئی نہیں اللہ عمل دی توفیق عطا فرمائے والحمدللہ رب العالمین